ਮੇਰਾ ਨਾਮ ਡਾਕਟਰ ਤਰਸਪਾਲ ਕੌਰ ਹੈ ਅਤੇ ਅਸੀਂ ਪੰਜਾਬ ਚੜ੍ਹਦੇ ਪੰਜਾਬ ਤੋਂ ਆਏ ਹੋਏ ਹਾਂ। ਸਾਡੀ ਇੱਥੇ ਜਿਹੜੀ ਹੈ ਇੱਕ ਹਫ਼ਤੇ ਦੀ ਜਿਹੜੀ ਸਾਡੀ ਪੰਜਾਬੀ ਵਰਲਡ ਪੰਜਾਬੀ ਕਾਂਗਰਸ ਹੈ ਉਹਦੇ ਵਿੱਚ ਅਸੀਂ ਭਾਗ ਲੈਣ ਲਈ ਆਏ ਹੋਏ ਹਾਂ ਅਤੇ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਬਿਲਹਾਰ ਆਉਂਦੇ ਹਾਂ। ਇਹ ਮੇਰੀ ਤੀਸਰੀ ਫੇਰੀ ਹੈ ਪੰਜਾਬੀ ਕਾਨਫਰੰਸ ਦੇ ਵਿੱਚ ਅਤੇ ਬੜਾ ਮੋਹ ਜਿਹੜਾ ਮੁਹੱਬਤ ਹੈ ਸਾਨੂੰ ਲਾਹੌਰ ਵਾਲਿਆਂ ਤੋਂ ਮਿਲਦਾ ਅਤੇ ਮਿਲਿਆ ਵੀ ਹੈ ਅਤੇ ਮਿਲ ਰਿਹਾ ਅਤੇ ਅਸੀਂ ਮਾਸ਼ਾਅੱਲਾ ਬਹੁਤ ਅੱਛਾ ਲੱਗਦਾ ਅਤੇ ਜਦੋਂ ਅਸੀਂ ਜਿਸ ਵੀ ਘਰ ਵੀ ਜਾਂਦੇ ਹਾਂ ਬੜੀਆਂ ਮੁਹੱਬਤਾਂ ਮਿਲਦੀਆਂ ਨੇ ਅਤੇ ਮੈਨੂੰ ਲੱਗਦਾ ਵੀ ਸਾਡੀ ਜ਼ਮੀਨ ਇੱਕ ਹੈ, ਸਾਡਾ ਕਲਚਰ ਇੱਕ ਹੈ, ਸਾਡੀ ਬੋਲੀ ਇੱਕ ਹੈ, ਲੱਗਦਾ ਕਿ ਇਹ ਹੈ ਹੀ ਹੈ, ਇਹ ਫੈਕਟ ਹੈ, ਦਿਸ ਇਜ਼ ਅ ਫੈਕਟ। ਸੋ ਅਸੀਂ ਉਹ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਲਕੀਰਾਂ ਮਿਟ ਜਾਣ, ਅਸੀਂ ਮੁੜ ਤੋਂ ਫਿਰ ਇੱਕ ਹੋ ਜਾਈਏ। ਨਵੀਂ ਨਸਲ ਲਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਪੁਰਾਣੇ ਬੰਦਿਆਂ ਨੇ ਜਿਨ੍ਹਾਂ ਨੇ ਇਹ ਦੁੱਖ ਹੰਡਾਇਆ, ਵੰਡ ਦਾ ਜੋ ਪਾਰਟੀਸ਼ਨ ਦੀ ਦਰਦ ਹੰਡਾਇਆ, ਤਾਂ ਉਹ ਸਾਡੀ ਨਵੀਂ ਨਸਲ ਨੂੰ ਵੀ ਇਹ ਪਤਾ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਨਵੀਂ ਨਸਲ ਜਿਹੜੀ ਹੈ ਪਹਿਲਾਂ ਨਾਲੋਂ ਹੋਰ ਦੂਰੀਆਂ ਪਾ ਲਵੇ। ਸਾਡੀ ਕੋਸ਼ਿਸ਼ ਇਹ ਹੈ ਵੀ ਨਵੀਂ ਨਸਲ ਨੂੰ ਅਸੀਂ ਨਾਲ ਜੋੜੀਏ ਕਿ ਅਸੀਂ ਇੱਕ ਸੀ ਅਤੇ ਇੱਕ ਹੀ ਹਾਂ। ਸੋ ਸਾਡੀ ਕੋਸ਼ਿਸ਼ ਇਹ ਹੈ ਵੀ ਨਵੀਆਂ ਪੀੜ੍ਹੀਆਂ ਨੂੰ, ਨਿਊ ਜਨਰੇਸ਼ਨ ਨੂੰ ਇਹ ਅਸੀਂ ਸੁਨੇਹਾ ਦਈਏ, ਮੈਸੇਜ ਦਈਏ ਕਿ ਅਸੀਂ ਜਿਹੜੀਆਂ ਨਫ਼ਰਤਾਂ ਦੇ ਪੈਗਾਮ ਨਾ ਦਈਏ, ਅਸੀਂ ਮੁਹੱਬਤਾਂ ਦੇ ਪੈਗਾਮ ਦਈਏ। ਸਾਨੂੰ ਬਿਲਕੁਲ ਕੁਛ ਵੀ ਉਪਰਾ ਨਹੀਂ ਲੱਗਦਾ, ਸਾਨੂੰ ਲੱਗਦਾ ਹੁੰਦਾ ਅਸੀਂ ਆਪਣੀ ਧਰਤੀ 'ਤੇ ਫਿਰ, ਹੁਣ ਅਸੀਂ ਬਾਜ਼ਾਰਾਂ ਵਿੱਚ ਘੁੰਮਦੇ ਸੀ, ਅਸੀਂ ਇੱਧਰ ਉੱਧਰ ਗਏ ਹਾਂ, ਸਭ 'ਤੇ ਸਭਨਾਂ ਦੇ ਘਰ ਗਏ ਹਾਂ, ਉਹੀ ਬੋਲੀ ਹੈ, ਉਹੀ ਕਲਚਰ ਹੈ, ਉਹੀ ਖਾਣ ਪਾਣ ਹੈ, ਕੁਝ ਵੀ ਫਰਕ ਨਹੀਂ ਹੈ, ਕੁਝ ਵੀ ਅੰਤਰ ਨਹੀਂ।